ਤੁਸੀਂ ਕੋਈ ਡਾਇਲੋਗ ਇਹ ਤਾਂ ਇਹ ਸਵਾਲ ਸਵਾਦ ਵਾਲਾ ਨਹੀਂ ਭੈਣੇ ਕੋਈ ਮਤਲਬ ਗੱਲਾਂ ਕਰੀਏ ਮੈਂ ਤਾਂ ਮੈਂ ਦੇਖੋ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਕੀ ਹੁੰਦਾ ਨਾ ਮੈਂ ਅਸੀਂ ਕਿਉਂ ਨਿਕਲੇ ਹਾਂ ਵੈਸੇ ਤਾਂ ਜਿਹੜਾ ਕੰਮ ਕੰਪਨੀ ਨੇ ਕਰਨਾ ਸੀ ਮੈਂ ਵਾਰ ਵਾਰ ਹਰ ਜਗ੍ਹਾ ਦੱਸਦਾ ਉਹ ਫੈਨਾਂ ਨੇ ਬਹੁਤ ਪਹਿਲਾਂ ਕਰਤਾ ਸੀ ਔਰ ਮੈਂ ਆਮ ਤੌਰ 'ਤੇ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਨਾ ਉੱਥੇ ਕਈ ਤਰ੍ਹਾਂ ਦੀਆਂ ਚੀਜ਼ਾਂ ਹੱਥਕੰਡੇ ਵਰਤੇ ਜਾਂਦੇ ਉੱਥੇ ਇੱਕ ਮਾਰਕੀਟਿੰਗ ਟੀਮ ਹੁੰਦੀ ਹੈ ਫਿਰ ਉਹ ਇੰਟਰਨੈਟ ਤੋਂ ਕੁਝ ਚੀਜ਼ਾਂ ਕੱਢਦੀ ਹੈ ਜਿਹਦੇ 'ਚ ਪੋਡਕਾਸਟ ਹੁੰਦਾ ਉਹ ਫਿਰ ਦੇਖਦੇ ਹਾਂ ਵੀ ਇਹਦੇ ਥੱਲੇ 50,000 ਬੰਦਾ ਦੇਖਦਾ ਫਿਰ ਜਾ ਵੱਜਦਾ ਉਹਦੇ ਦਰਵਾਜ਼ੇ 'ਤੇ ਫਿਰ ਮੇਰਾ ਮੈਂ ਮੇਰੀ ਇਹ ਉਹਨਾਂ ਨਾਲ ਗੱਲ ਹੋਈ ਸੀ ਕਿ ਦੇਖੋ ਮੈਂ ਨਾ ਪ੍ਰੋਪਰ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਦੇ ਫੋਲੋਅਰ ਬਹੁਤ ਹੈ ਕਈ ਵਾਰੀ ਘੱਟ ਫੋਲੋਅਰ ਜਿਹਦੇ ਹੋਣ ਉਹ ਬਹੁਤ ਅਕਲਮੰਦ ਹੋ ਸਕਦਾ ਤੋ ਮੇਰਾ ਮੰਤਵ ਕਲੀਅਰ ਹੈ ਕਿ ਅਕਲਮੰਦ ਬੰਦਾ ਚਾਹੀਦਾ ਉਸ ਤਰ੍ਹਾਂ ਦੇ ਵਿਊ ਦੇ ਚੱਕਰ 'ਚ ਨਹੀਂ ਪੈਣਾ ਕਿਉਂਕਿ ਜੇ ਚੀਜ਼ ਚੰਗੀ ਹੈ ਨਾ ਤੁਹਾਨੂੰ ਕੌਨਫੀਡੈਂਸ ਹੈ ਫਿਰ ਤੁਸੀਂ ਡਾਇਰੈਕਟ ਤੁਹਾਡੇ ਵਿਚਾਲੇ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਸਟੂਡੀਓ 'ਚ ਬੈਠੋ ਫਿਰ ਉੱਥੇ ਇੱਕ ਪੇਪਰ 'ਤੇ ਸਕ੍ਰਿਪਟ ਤਿਆਰ ਕਰੀ ਜਾਵੇ ਫਿਰ ਉਹ ਸਵਾਲ ਉਹ ਤੁਹਾਨੂੰ ਕਿ ਇਹ ਪੁੱਛੋ ਜੀ ਉੱਥੇ ਜਿਹੜੀ ਸੈਲਫ ਪ੍ਰੇਜ਼ ਹੁੰਦੀ ਹੈ ਮੈਨੂੰ ਲੱਗਦਾ ਹੁੰਦਾ ਨਹੀਂ ਇਹ ਇਹ ਇੱਕ ਮਾਧਿਅਮ ਹੈ ਜਿਹੜਾ ਬੜਾ ਬੜੇ ਅਰਸੇ ਤੋਂ ਚੱਲਿਆ ਆ ਰਿਹਾ ਹੈ ਕਿ ਸਾਰੇ ਸੱਜਣ ਜੁੜੇ ਹੈ ਅਤੇ ਉੱਥੇ ਆਪਾਂ ਗੱਲਾਂ ਕਰੀਏ ਇੱਥੇ ਇਹ ਨਹੀਂ ਮਾਣੇ ਰੱਖਦਾ ਕਿ ਕਿਹਦੇ ਕਿੰਨੇ ਫੋਲੋਅਰ ਹੈ ਸੋ ਇਸ ਤਰ੍ਹਾਂ ਦੇ ਸ਼ੋਸ਼ੇ ਤੋਂ ਪਰਹੇਜ਼ ਹੀ ਕਰਿਆ ਮੈਂ ਚਾਹੁੰਦਾ ਕਿ ਤੁਸੀਂ ਪੜ੍ਹੇ ਲਿਖਿਓ ਕੀ ਪਤਾ ਮੈਨੂੰ ਕੋਈ ਗਾਣਾ ਮਿਲ ਜਾਏ ਮੈਂ ਤਾਂ ਤੁਹਾਡੇ ਨਾਲ ਗੱਲਾਂ ਕਰਦਾ ਤਾਂ ਜਿਹੜਾ ਸਾਡਾ ਪਹਿਲਾਂ ਪੰਜਾਬ ਦਾ ਖਿੱਤਾ ਸੀ ਸੰਗਰੂਰ ਤੋਂ ਪਾਰ ਪੁਰਾਤਨ ਕਾਲ 'ਚ ਪੁਆਧ ਪੰਜਾਬ ਦੇ ਅੱਧ ਨੂੰ ਪੁਆਧ ਕਹਿੰਦੇ ਹੁੰਦੇ ਸੀ ਬਾਅਦ 'ਚ ਫਿਰ ਇਹ ਖਿੱਤੇ ਬਦਲਦੇ ਗਏ ਜਿਵੇਂ ਜਿਵੇਂ ਸਾਡੇ ਪੰਜਾਬ ਵੰਡੇ ਗਏ ਉਦੋਂ ਆਮ ਜਿਹੜੇ ਪਿੰਡ ਹੁੰਦੇ ਸੀ ਵਰਾਨੀ ਹੁੰਦੀ ਸੀ ਕਿਉਂਕਿ ਜਿੱਥੇ ਨਹਿਰ ਦਾ ਪਾਣੀ ਜਾਂਦਾ ਸੀ ਉੱਥੇ ਫਸਲ ਅਤੇ ਹਰਿਆਲੀ ਹੁੰਦੀ ਸੀ ਜਿੱਥੇ ਪਾਣੀ ਨਹੀਂ ਜਾਂਦਾ ਸੀ ਉੱਥੇ ਤਕਰੀਬਨ ਵਰਾਨੀ ਹੁੰਦੀ ਸੀ ਜਾਂ ਫਿਰ ਹਰਿਆਲੀ ਖੁਸ਼ਕ ਜਗ੍ਹਾ ਹੁੰਦੀ ਸੀ ਜਿੱਥੇ ਕੋਈ ਬਹੁਤੇ ਪੈਸੇ ਵਾਲਾ ਉਦੋਂ ਪਹਿਲਾਂ ਖੂਹ ਲਾ ਲੈਂਦਾ ਸੀ ਤੋ ਉਦੋਂ ਪਿੰਡ ਆਮ ਤੌਰ 'ਤੇ ਇੱਥੇ ਪਿੰਡਾਂ ਦੇ ਆਲੇ ਦੁਆਲੇ ਥੇਹ ਹੁੰਦੇ ਸੀ ਜਦੋਂ ਕੱਕਾ ਰੇਤਾ ਵੱਧ ਜਾਂਦਾ ਸੀ ਫਿਰ ਉਹਦਾ ਇੱਕ ਥੇਹ ਜਿਹਾ ਬਣਾ ਲੈਂਦੇ ਸੀ ਪੱਧਰੀ ਕਰਨ ਨੂੰ ਸੋ ਇਸ ਤਰ੍ਹਾਂ ਦੀ ਲੋਕੇਸ਼ਨ ਪੰਜਾਬ ਔਰ ਰਾਜਸਥਾਨ ਦੀ ਸਰਹੱਦ 'ਤੇ ਸਾਨੂੰ ਮਿਲ ਜਾਂਦੀ ਹੈ ਜਦੋਂ ਨਾ ਆਪਾਂ ਜ਼ਿੰਦਗੀ 'ਚ ਕੰਮ ਕਰਦੇ ਹਾਂ ਮੈਂ ਤਾਂ ਚਲੋ ਹਮੇਸ਼ਾ ਕੰਮ ਹੀ ਇੱਦਾਂ ਦਾ ਕਰਿਆ ਜਿਹੜਾ ਪੰਜਾਬ ਅਤੇ ਪੰਜਾਬੀ ਦੀ ਗੱਲ ਕਰੇ ਔਰ ਜਿਹੜੇ ਜੋਸ਼ ਵਾਲੀਆਂ ਚੀਜ਼ਾਂ ਹੁੰਦੀਆਂ ਉਹਦੇ ਨਾਲ ਇੱਕ ਦੇਖੋ ਕੀ ਹੁੰਦਾ ਵਕਤ ਨੇ ਬੜੀਆਂ ਕਰਵਟਾਂ ਲੈਣੀਆਂ ਆਉਣ ਵਾਲੇ 5 ਸਾਲਾਂ 'ਚ ਪਹਿਲਾਂ ਦੁਨੀਆ 100 ਸਾਲ ਬਾਅਦ ਬਦਲਦੀ ਸੀ ਕਹਿੰਦੇ ਸੀ ਸਦੀ ਬਾਅਦ ਬਦਲੀ ਹੈ ਫਿਰ ਹੌਲੀ ਹੌਲੀ 10 ਸਾਲ ਹੁਣ ਤਾਂ ਇਹ ਹਾਲ ਹੋ ਗਿਆ ਵੀ ਅੱਖ ਝਪਕਦੇ ਇੱਕ ਨਵੀਂ ਖੋਜ ਹੋ ਜਾਂਦੀ ਹੈ ਇਸ ਬਦਲਦੇ ਯੁੱਗ 'ਚ ਕਿਤਾਬ ਆਮ ਬੰਦਾ ਪੜ੍ਹਨੋਂ ਹਟ ਗਿਆ ਔਰ ਜਿਸ ਤਰ੍ਹਾਂ ਦੀ ਸਰਕਾਰ ਜਾਂ ਸ਼ਾਸਨ ਹੁੰਦਾ ਉਸੇ ਤਰ੍ਹਾਂ ਦੇ ਸਿਲੇਬਸ ਬਣਨ ਲੱਗ ਗਏ ਤੋ ਜਿਹੜੇ ਸਿਸਟਮ ਦੀ ਅੱਖ 'ਚ ਰੜਕਣ ਵਾਲੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਇਸੇ ਤਰ੍ਹਾਂ ਅੰਗਰੇਜ਼ੀ ਕਾਲ ਦੇ ਦੌਰਾਨ ਵੀ ਸਾਡੇ ਬਹੁਤੇ ਲੋਕ ਉਨੇ ਪੜ੍ਹੇ ਨਹੀਂ ਸੀ ਅਤੇ ਉਸ ਤਰ੍ਹਾਂ ਸੀ ਤੋ ਇਹ ਚੀਜ਼ਾਂ ਸਾਡੇ ਕੋਲ ਇੱਦਾਂ ਪੀੜ੍ਹੀ ਦਰ ਪੀੜ੍ਹੀ ਆ ਜਾਂਦੀਆਂ ਤੋ ਇਹਨਾਂ ਨੂੰ ਜੇ ਕੋਈ ਅੱਛੀ ਚੀਜ਼ ਅਸੀਂ ਸਿਨੇਮੇ ਦੇ ਜ਼ਰੀਏ ਦਿਖਾਉਂਦੇ ਹਾਂ ਤਾਂ ਉਹ ਇੱਕ ਦਸਤਾਵੇਜ਼ ਬਣ ਜਾਂਦਾ ਹੈ ਕਮ ਸੇ ਕਮ ਅਸੀਂ ਇੰਟਰਨੈੱਟ 'ਤੇ ਉਹਨੂੰ ਜਿਉਂਦਾ ਰੱਖ ਸਕਦੇ ਹਾਂ ਕਿਉਂਕਿ ਇੰਟਰਨੈੱਟ 'ਤੇ ਉਸ ਤਰ੍ਹਾਂ ਦੀ ਬੰਦਿਸ਼ ਨਹੀਂ ਉਹਨੂੰ ਕੋਈ ਸਿਸਟਮ ਜਾਂ ਸਰਕਾਰ ਨਹੀਂ ਰੋਕ ਸਕਦੀ ਉਹ ਅੰਤਰਰਾਸ਼ਟਰੀ ਆ ਸੋ ਇਸ ਕਰਕੇ ਇਸ ਤਰ੍ਹਾਂ ਦੇ ਦਸਤਾਵੇਜ਼ ਸਾਰਿਆਂ ਨੂੰ ਹੀ ਬਣਾਉਣੇ ਚਾਹੀਦੇ ਹਨ ਫਿਲਮ ਦੇ ਤੁਹਾਡੇ ਬਹੁਤ ਖਾਸ ਮਿੱਤਰ ਨੇ ਔਰ ਕਾਫੀ ਪਿਛਲੇ ਸਮੇਂ ਤੋਂ ਕੋਈ ਸਮਾਜਿਕ ਸੁਨੇਹਾ ਵੀ ਦਿੰਦੇ ਰਹੇ ਹੋ
ਨਹੀਂ ਤਾਂ ਟੱਬਰ 'ਚ ਫਿੱਕ ਪਾਉਣ ਵਾਲੀ ਗੱਲ ਹੋ ਜਾਂਦੀ ਇੱਕੋ ਗੱਲ ਹੈ, ਮੈਂ ਜੇ ਕੁਛ ਸੋਚੂੰਗਾ ਤਾਂ ਉਹ ਸੋਚੂਗਾ, ਜੇ ਉਹ ਸੋਚਦਾ ਤਾਂ ਸਮਝ ਲਓ 100% ਜਾ ਰਹੀ ਹੈ ਜੀ। ਨਹੀਂ ਅਸੀਂ ਆਪਸ 'ਚ ਕਈ ਵਾਰੀ ਕਿਸੇ ਜਦੋਂ ਕੋਈ ਮੁੱਦਾ ਜਾਂ ਕੋਈ ਗੱਲ ਹੁੰਦੀ ਉਹਦੇ 'ਤੇ ਲੰਬੀ ਗੋਸ਼ਟੀ ਵੀ ਹੁੰਦੀ ਹੈ, ਕਈ ਵਾਰੀ 2-3 ਘੰਟੇ ਕਿਸੇ ਵਿਸ਼ੇ 'ਤੇ ਬਹਿਸ ਵੀ ਹੁੰਦੀ ਹੈ, ਪਰ ਕਾਗਜ਼ੀ ਤੌਰ 'ਤੇ ਜੇ ਤਾਂ ਮੇਰੇ ਤੋਂ ਉਹ ਵੱਡਾ ਭਰਾ ਹੈ ਅਤੇ ਇੱਕੋ ਚੀਜ਼ ਹੈ। ਸਬਜੈਕਟ 3-4 ਲਿਖੇ ਸੀ, ਬਹੁਤ ਸੱਜਣ ਮੇਰੇ ਨਾਲ ਇਸ ਗੱਲ 'ਤੇ ਡਿਸਕਸ਼ਨ ਕਰਦੇ ਸੀ ਕਿ ਅਸੀਂ ਲੋਕ ਗਾਥਾ ਬਣਾਉਣੀ ਹੈ। ਮੈਂ ਉਹਨਾਂ ਨੂੰ ਕਈ ਬੰਦਿਆਂ ਨੂੰ ਨਾਰਾਜ਼ ਕਰਿਆ ਇਸ ਕਰਕੇ ਜਿਹੜੇ ਡਾਇਰੈਕਸ਼ਨ 'ਚ ਹੈ, ਮੈਂ ਉਹਨਾਂ ਨੂੰ ਕਿਹਾ ਸੀ ਵੀ ਕਿਉਂਕਿ ਪਤਾ ਨਹੀਂ ਮੇਰੀ ਆਦਤ ਹੈ, ਇਸੇ ਕਰਕੇ ਮੈਂ ਘੱਟ ਫਿਲਮਾਂ ਕਰਦਾ। ਮੈਂ ਜਦੋਂ ਕੋਈ ਬੰਦਾ ਮੈਨੂੰ ਕਈ ਪਿਛਲੇ ਕਈ ਸਾਲਾਂ ਤੋਂ ਕਹਾਣੀ ਕਹੂਣੀ ਸੁਣਾਉਂਦਾ ਤਾਂ ਮੈਂ ਉਹਨੂੰ ਕਹਿ ਦਿੰਦਾ ਤੇਰਾ ਜੋਨਰ ਹੈ ਨਹੀਂ, ਤੂੰ ਇਸ ਤਰ੍ਹਾਂ ਦੀ ਫਿਲਮ ਨਹੀਂ ਬਣਾ ਸਕਦਾ, ਤੂੰ ਕੋਈ ਹੋਰ ਤਰ੍ਹਾਂ ਦੀ ਫਿਲਮ ਬਣਾ ਲੈ ਜਿਹੜੀ ਮਿੱਠੀ ਜੀ ਹੋਵੇ ਜਾਂ ਫਿਰ ਕੌਮੇਡੀ ਹੋਵੇ। ਇਸ ਤਰ੍ਹਾਂ ਦਾ ਜਿਹੜਾ ਵੀਰ ਰਸ ਵਾਲਾ ਕੰਮ ਹੈ ਨਾ, ਇਹ ਬੜੇ ਘੱਟ ਬੰਦੇ ਕਰ ਸਕਦੇ। ਔਰ ਮੈਂ ਪੰਜਾਬ 'ਚ ਓਪਨਲੀ ਕਹਿੰਦਾ ਹੈ ਕਿਉਂਕਿ ਆਮ ਤੌਰ 'ਤੇ ਕਲਾਕਾਰਾਂ ਦੀ ਪ੍ਰੋਬਲਮ ਹੁੰਦੀ, ਉਹਨਾਂ ਨੂੰ ਤਾਂ ਸਾਰਿਆਂ ਨਾਲ ਕੰਮ ਕਰਨਾ ਹੁੰਦਾ। ਜਦੋਂ ਉਹਨਾਂ ਦੀ ਫਿਲਮ ਹਿੱਟ ਹੋ ਜਾਂਦੀ ਹੈ ਫਿਰ ਉਹਨਾਂ ਕੋਲ ਜਦੋਂ ਆਪਸ਼ਨ ਆਉਂਦੇ ਆ ਫਿਰ ਉਹਨਾਂ ਨੇ ਡਰਾਮ। ਮੇਰਾ ਬੜਾ ਕਲੀਅਰ ਫੰਡਾ ਕਿ ਇਸ ਤਰ੍ਹਾਂ ਦੀ ਫਿਲਮ ਪੰਜਾਬ 'ਚ ਅਮਤੋਜ ਤੋਂ ਬਿਹਤਰ ਕੋਈ ਨਹੀਂ ਬਣਾ ਸਕਦਾ। ਇਹੀ ਸਟੇਟਮੈਂਟ ਪਹਿਲਾਂ ਸੀ, ਇਹੀ 10 ਸਾਲ ਬਾਅਦ ਹੋ ਗਈ। ਸੋ ਉਹ ਜਦੋਂ ਗੱਲ ਚੱਲੀ ਤਾਂ ਮੈਂ ਅਮਤੋਜ ਨੂੰ ਕਿਹਾ ਤੂੰ ਫਿਲਮ ਤਾਂ ਇਹ ਤੂੰ ਬਣਾਉਣੀ। ਮੈਨੂੰ ਕਹਿੰਦਾ ਆਪਾਂ ਕਰ ਲੈਂਦੇ ਹਾਂ ਜੇ ਵੀ ਆਪਾਂ ਜਦ ਤੱਕ ਸਾਰਾਗੜੀ 'ਤੇ ਵਰਕ ਕਰਦੇ ਹਾਂ। ਮੈਂ ਕਿਹਾ ਨਹੀਂ, ਉਹ ਵੀ ਬਣਾ ਲਾਂਗੇ, ਇਹ ਫਿਲਮ ਤੂੰ ਹੀ ਬਣਾਏਗਾ। ਸੋ ਔਰ ਇਹ ਪੂਰੀ ਫਿਲਮ ਨੂੰ ਜਦੋਂ ਕਮਾਂਡ ਕਰਦੇ ਉਹ ਡਾਇਰੈਕਟਰ ਜਿਹੜਾ ਵਿੰਗ ਆ ਉਹਨਾਂ ਦੀ ਹੁੰਦੀ ਹੈ, ਡਾਇਰੈਕਸ਼ਨ ਦੇ ਹਿਸਾਬ ਨਾਲ ਫਿਰ ਉਹ ਸਾਡੇ ਸਾਰੇ ਸਿਸਟਮ ਅੱਗੇ ਚੱਲਦਾ। ਗਾਣੇ ਬਣਦੇ ਹੈ, ਫਿਲਮ 'ਚ ਕਾਸਟਿਊਮ ਹੁੰਦਾ, ਆਰਟ ਵਰਕ ਹੁੰਦਾ, ਸੈੱਟ ਲੱਗਦੇ ਹੈ। ਸੋ ਕੁੱਲ ਮਿਲਾ ਕੇ ਇਹ ਸਾਰਾ ਜਿਹੜਾ ਇਹਦੀ ਜਿਹੜਾ ਫਰੰਟ ਫੇਸ ਹੁੰਦਾ ਉਹ ਡਾਇਰੈਕਸ਼ਨ ਡਿਪਾਰਟਮੈਂਟ ਹੁੰਦਾ। ਔਰ ਸਾਨੂੰ ਇਹ ਫਾਇਦਾ ਮੈਨੂੰ ਨਿੱਜੀ ਤੌਰ 'ਤੇ ਕਿ ਅਸੀਂ ਸਾਡਾ ਪ੍ਰੇਮ ਆ ਔਰ ਇੱਕੋ ਕਬੀਲਾ ਸਾਡਾ, ਸੋ ਮੇਰੇ ਲਈ ਕੋਈ ਔਖਾ ਨਹੀਂ ਹੁੰਦਾ ਇਸ ਤਰ੍ਹਾਂ ਦੇ। ਜੇ ਕੋਈ ਫਿਲਮ ਕਦੇ ਭਵਿੱਖ 'ਚ ਵੀ ਬਣਾਵਾਂਗੇ ਤਾਂ ਮੇਰੇ ਲਈ ਬਹੁਤ ਸੌਖਾ ਹੈ। ਮਾਨ ਸਾਹਿਬ, ਗੱਲ 'ਚ ਕੈਂਠਾ ਚਾਦਰਾ ਕੁੜਤਾ ਅਤੇ ਹੱਥੇ ਗੰਡਾ ਸੀ, ਕਿਵੇਂ ਦਾ ਲੱਗਾ ਪੇਂਡੂ ਚਿਹੜਾ? ਨਹੀਂ, ਮੈਂ ਤਾਂ ਨਿੱਜੀ ਤੌਰ 'ਤੇ ਇਹੀ ਕੱਪੜੇ ਪਾਉਣਾ। ਹੁਣ ਤੁਹਾਨੂੰ ਕਮਾਲ ਗੱਲ ਦੱਸ ਦੇਣਾ, ਪ੍ਰੋਬਲਮ ਇਹ ਹੈ ਵੀ ਮੈਂ ਨਾ ਥੋੜ੍ਹਾ ਜਿਹਾ ਲੇਟ ਲਤੀਫ ਕਈ ਚੀਜ਼ਾਂ 'ਚ ਹੋ ਜਾਂਦਾ। ਅਸੀਂ ਤੁਰੇ ਤਾਂ ਉੱਧਰ ਨੂੰ ਸੀ, ਫਿਰ ਬਠਿੰਡੇ ਲੈ ਆਇਆ ਮੈਨੂੰ ਇਹ, ਫਿਰ ਇੱਧਰ ਨੂੰ ਲੈ ਆਇਆ ਮੈਨੂੰ ਇਹ, ਦੱਸਦੇ ਨਹੀਂ ਪਹਿਲਾਂ ਚੱਲਦਿਆਂ ਉੱਥੇ ਚੱਲਦਿਆਂ। ਤੋ ਅਸੀਂ ਤਾਂ ਉੱਥੋਂ ਕੱਪੜੇ ਪਾ ਕੇ ਤੁਰੇ ਸੀ, ਮੇਰੇ ਕੋਲ ਤਾਂ ਕੱਪੜੇ ਨਹੀਂ ਸੀ ਪਾਉਣ। ਪ੍ਰੋਬਲਮ ਕੀ ਸੀ, ਮੈਂ ਇਹਨਾਂ ਨੂੰ ਕੁੜਤੇ ਪਜਾਮੇ ਲੈਣ ਭੇਜਿਆ ਸੀ ਬਾਜ਼ਾਰ ਤੋਂ, ਇਹ ਬੜੇ ਤੰਗ ਲਾਇਆ ਮਜਬੂਰੀ 'ਚ, ਫਿਰ ਮੈਨੂੰ ਇਹ ਪਾਉਣੀ ਪੈ ਗਈ। ਇਹ ਪਰਸੋਂ ਵੀ ਪਾਈ ਸੀ ਅਤੇ ਅੱਜ ਵੀ ਪਾਈ, ਇਹ ਚੱਕਰ ਹੋ ਗਿਆ। ਅਸੀਂ ਪਿੰਡਾਂ ਵਾਲੇ ਹਾਂ, ਸਾਡੇ ਲਈ ਇਹ ਕੋਈ ਔਖਾ ਨਹੀਂ। ਔਰ ਸਾਰੀ ਉਮਰ ਅਸੀਂ ਪਜਾਮਾ ਪਾਇਆ ਅਤੇ ਹੁਣ ਵੀ ਪਾਉਂਦੇ। ਔਰ ਚਾਦਰਾ ਮੈਂ ਤਾਂ ਗਰਮੀ ਆਪਦੇ ਖੇਤ ਚਾਦਰਾ ਹੀ ਲਾ ਕੇ ਰੱਖਦਾ। ਔਰ ਪਰਨਾ ਜਦੋਂ ਮੈਂ ਗਾਉਣ ਲੱਗਿਆ ਸੀ ਉਦੋਂ ਹੀ ਮੇਰੇ ਦਿਮਾਗ ਸੀ ਕਿ ਪਰਨੇ ਵਾਲੇ ਬੰਦੇ ਹੀਰੋ ਚਾਹੀਦੇ ਆ, ਨਾ ਕਿ ਕੋਈ ਚੋਕਲੇਟੀ। ਦੇਖੋ ਇਹ ਫਿਲਮ ਨੇ ਤੁਹਾਡੇ ਸਹਿਯੋਗ ਨਾਲ ਚੱਲਣਾ ਹੈ ਔਰ ਇਹ ਸਾਰੀਆਂ ਕੈਲਕੂਲੇਸ਼ਨਾਂ ਕੰਪਨੀ ਨੂੰ ਮਤਲਬ ਪਤਾ ਲੱਗਣ ਦਾ ਜ਼ਿਆਦਾ ਬਿਹਤਰ ਹੈ। ਅਸੀਂ ਤਾਂ ਹੁਣ ਮਿੱਤਰਚਾਰੇ 'ਚ ਤੁਰੇ ਫਿਰਦੇ ਹਾਂ ਕਿ ਉਹਨਾਂ ਦਾ ਹੀ ਕੰਮ ਹੈ, ਬਿਜ਼ਨਸ ਕੈਲਕੂਲੇਟ ਉਹਨਾਂ ਨੇ ਕਰਨਾ। ਮੈਂ ਨਿੱਜੀ ਤੌਰ 'ਤੇ ਇਸ ਤਰ੍ਹਾਂ ਮਤਲਬ ਕੋਈ ਬਹੁਤੀ ਪੁੱਛਦਾ ਗਿੱਛ ਵੀ ਨਹੀਂ ਕਰਦਾ। ਮੈਨੂੰ ਲੱਗਦਾ ਇਹ ਉਹਨਾਂ ਦਾ ਕੰਮ ਹੈ, ਵਪਾਰ ਉਹਨਾਂ ਦਾ, ਕਿਉਂਕਿ ਅਸੀਂ ਉਹਨਾਂ ਲਈ ਇੱਕ ਫਿਲਮ ਇਕੱਠੇ ਹੋ ਕੇ ਬਣਾਤੀ। ਹੁਣ ਅੱਗੇ ਉਹ ਜਾਣਨ ਵਪਾਰ ਕੀ ਹੈ। ਜੇ ਮੇਰੀ ਮੰਨਣਗੇ ਤਾਂ ਮੈਂ ਤਾਂ ਉਹਨਾਂ ਨੂੰ ਇਹੀ ਰਾਏ ਦਊਂਗਾ ਕਿ ਜਿੰਨੀ ਵੀ ਫਿਲਮ ਕਮਾਈ ਕਰਦੀ ਹੈ ਉਹ ਓਪਨਲੀ ਦੱਸਣ, ਕਿਉਂਕਿ ਆਮ ਤੌਰ 'ਤੇ
ਪ੍ਰੈਸ 'ਚ ਜਾਂ ਇੰਟਰਨੈਟ 'ਤੇ ਫੇਸਬੁੱਕ 'ਤੇ ਇੱਕ ਬਹੁਤ ਬੜੀ ਗੱਪ ਚੱਲਦੀ ਹੈ ਵੀ 50 ਕਰੋੜ ਕਮਾ ਗਈ, 100 ਕਮਾ ਗਈ। ਇਹ ਪਹਿਲਾਂ ਬੋਂਬੇ ਨਾ ਇੱਕ ਕਲੱਬ ਹੈ ਬੈਂਡਰਾ ਟੂ ਕੁਰਲਾ ਉਹਨੂੰ ਕਹਿੰਦੇ ਆ, ਉਹਦੇ 'ਚ ਪੁਰਾਣੇ ਸਾਰੇ ਜਿਹੜੇ ਬੰਦੇ ਉਹਦੇ ਸ਼ਾਮਿਲ ਹੈ। ਉਹ ਪਹਿਲੇ ਦਿਨ ਫਿਲਮ ਲੱਗਦੀ, ਅਗਲੇ ਦਿਨ ਸਕਸੈਸ ਪਾਰਟੀ ਕਰਕੇ ਲਾਲਾ ਲਾਲਾ ਕਰਾ ਦਿੰਦੇ ਆ। ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ, ਕਹਿ ਦਿੰਦੇ ਸੋਲਡ ਆਊਟ ਹੋ ਗਿਆ। ਤੋ ਮੈਂ ਉਹਨਾਂ ਨੂੰ ਬੇਨਤੀ ਕਰੀ ਸੀ ਕਿ ਆਪ ਕੋਈ ਇਸ ਤਰ੍ਹਾਂ ਦਾ ਡਰਾਮਾ ਨਹੀਂ ਕਰਨਾ, ਜੋ ਹਕੀਕਤ ਆ ਪਬਲਿਕ ਨੂੰ ਦੱਸੋ। ਔਰ ਮਹਾਰਾਜ ਕਰੇ ਬਹੁਤੀ ਚੱਲੇ ਔਰ 10-12 ਦਸਾਂ ਤੋਂ ਫਿਰ ਉਹ ਗਰੀਬਾਂ ਲਈ ਦੇਣ, ਨਹੀਂ ਦੇਣਗੇ ਫਿਰ ਅਸੀਂ ਅਗਲੀ ਫਿਲਮ ਰੋਕ ਲਾਂਗੇ, ਕਿਤੇ ਹੋਰ ਕਰ ਲਾਂਗੇ। ਇਹ ਤਾਂ ਫਿਰ ਉਹ ਹਿੰਦੀ ਰਾਜਕੁਮਾਰ ਵਾਲੀ ਗੱਲ ਹੋ ਗਈ, ਕਿਆ ਨਾਮ ਹੈ ਤੁਹਾਡਾ ਮਕਨਾ। ਆਓ ਜੀ, ਜਿੱਥੇ ਬਾਬਾ ਜੀ ਉੱਥੇ ਸਾਰੇ ਰੰਗ, ਅਤੇ ਇਹਨਾਂ ਦੇ ਛਤਰ ਛਾਇਆ 'ਚ ਬਹੁਤ ਕੁਛ ਸਿੱਖਿਆ, ਬਹੁਤ ਕੁਝ। ਅਮਿਤੋਜ ਮਾਨ ਭਾਅ ਜੀ, ਸਾਰੀ ਸਾਡੀ ਟੀਮ ਬਹੁਤ ਹੀ ਰੰਗੀਲੀ ਟੀਮ ਸੀ। ਜਿਵੇਂ ਤੁਹਾਨੂੰ ਕਿਸੇ ਵਿਆਹ ਦਾ ਚਾਅ ਹੁੰਦਾ ਨਾ, ਜਦੋਂ ਆਪਣੇ ਕਿਸੇ ਦਾ ਵਿਆਹ ਹੋਵੇ ਤਾਂ ਕਿੰਨਾ ਭੱਜ ਭੱਜ ਕੇ ਕੰਮ ਕਰੀਦਾ, ਭੱਜ ਨੱਠ ਕੇ। ਪਹਿਲਾਂ ਤਾਂ ਤੁਸੀਂ ਸ਼ਾਇਦ ਤੁਹਾਡੇ 'ਚੋਂ ਕਿਸੇ ਨੇ ਮੰਜੇ ਬਿਸਤਰੇ ਚੁੱਕੇ ਹੋਣ, ਕਿ ਸ਼ਾਹੀ ਫੜ ਕੇ ਤਾਂ ਲਿਖਦੇ, ਆਪ ਹੀ ਚਾਅ ਹੁੰਦਾ ਸੀ ਕਿਸੇ ਦੇ ਘਰ ਭੱਜੀ ਫਿਰ। ਉਸੇ ਤਰ੍ਹਾਂ ਇਸ ਫਿਲਮ ਦਾ ਚਾਅ ਸੀ, ਉਹੀ ਤਰ੍ਹਾਂ ਦਾ ਮਾਹੌਲ ਸੀ, ਉਹੀ ਫੁਲਕਾਰੀਆਂ। ਸੱਚ ਦੱਸੀ ਤਾਂ ਐਡੇ ਐਡੇ ਵੱਡੇ ਲੱਡੂ ਜਿਹੜੇ ਤੁਹਾਨੂੰ ਹੁਣ ਫਿਲਮ 'ਚ ਵੇਖਣਗੇ ਵੇਖਣ ਨੂੰ ਮਿਲਣਗੇ। ਔਰ ਕਿੰਨਾ ਕੁਛ ਜਿਹੜਾ ਸਾਨੂੰ ਆਪਣਾ ਆਪ ਹੀ ਮੈਨੂੰ ਯਾਦ ਆ ਗਿਆ ਕਿ ਸਾਡੇ ਪਿਤਾ ਜੀ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ, ਪਿਤਾ ਜੀ ਆਪਣੇ ਬਜ਼ੁਰਗਾਂ ਦੀਆਂ ਸਾਂਝੇ ਵੇਲੇ ਤੋਂ, ਜਦੋਂ ਸਾਡਾ ਸਾਂਝਾ ਪੰਜਾਬ ਹੁੰਦਾ ਉਦੋਂ ਦੀਆਂ ਕਹਾਣੀਆਂ ਸੁਣਾਉਂਦੇ। ਇਹੋ ਜਿਹਾ ਪੰਜਾਬ ਹੁੰਦਾ ਸੀ, ਇਹੋ ਜਿਹਾ ਹੁੰਦਾ ਸੀ, ਇੰਨੀ ਰੌਣਕ, ਸਾਰੇ ਮਿਲ ਜੁਲ ਕੇ ਰਹਿੰਦੇ ਸੀ। ਉਹ ਤੁਸੀਂ ਮਾਹੌਲ ਜਦੋਂ ਵੇਖੋਗੇ ਨਾ, ਕਿਸ ਤਰ੍ਹਾਂ ਮਿਤੋਜ ਜੀ ਨੇ ਚਿੱਤਰਿਆ ਉਹ ਮਾਹੌਲ, ਸਾਰੀਆਂ ਚੀਜ਼ਾਂ ਇਕੱਠੀਆਂ ਕੀਤੀਆਂ, ਸਾਰੇ ਮਤਲਬ ਹਰ ਰੰਗ ਜਿਹੜਾ ਨਾ ਸਾਡੇ ਪੰਜਾਬ 'ਚ ਹੁੰਦਾ ਸੀ। ਪੰਜਾਬ ਪਾਣੀ ਦੇ ਰੰਗ ਨਹੀਂ ਸੀ, ਕੁਦਰਤ ਦਾ ਜਿਹੜਾ ਸੋਮਾ ਸੀ ਸਾਡਾ ਪੰਜਾਬ, ਜਿਹਨੂੰ ਕਿ ਮਤਲਬ ਰਿਚਨੈਸ ਜਿਹੜੀ ਹੁੰਦੀ ਸੀ ਹਰ ਪੱਖੋਂ, ਉਹਦੀ ਸੂਰਮਗਤੀ, ਉਹਦੀ ਦੋਸਤੀ, ਉਹਦੇ ਪਿਆਰ, ਉਹਦੀਆਂ ਮੁਹੱਬਤਾਂ, ਉਹਦੀਆਂ ਹੀਰਾਂ, ਉਹ ਜੋ ਸਰੂ ਵਰਗੇ ਨੌਜਵਾਨ ਇਹ 'ਚ ਸਾਰੀ ਜਿੰਨੀ ਕਾਸਟ ਤੁਹਾਨੂੰ ਮਿਲੇਗੀ ਜਿਹੜੀ, ਉਹ ਲਗਭਗ ਇਸੇ ਤਰੀਕੇ ਨਾਲ ਕੇਂਦਰਿਤ ਕੀਤੀ ਗਈ ਹੈ ਕਿ ਤੁਹਾਨੂੰ ਉਹੋ ਜਿਹੇ ਦਿਖਣ। ਔਰ ਵੱਡੀ ਖਾਸ ਗੱਲ ਇਹ ਹੈ ਕਿ ਉਹ ਸਾਨੂੰ ਕਰਦਿਆਂ ਫਿਲਮ ਨਹੀਂ ਲੱਗੀ, ਸਾਨੂੰ ਲੱਗਾ ਕਿ ਅਸੀਂ ਆਪਣੇ ਘਰ 'ਚ ਹੀ ਵਿਚਰ ਰਹੇ ਹਾਂ। ਅਤੇ ਤੁਹਾਨੂੰ ਵੀ ਵੇਖ ਕੇ ਲੱਗੇਗਾ ਨਹੀਂ ਕਿ ਫਿਲਮ ਵੇਖ ਰਹੇ, ਤੁਹਾਨੂੰ ਲੱਗੇਗਾ ਕਿ ਤੁਸੀਂ ਵੀ ਉਸ ਪਿੰਡ ਦੇ ਵਾਸੀ ਹੋ ਜਦੋਂ ਤੁਸੀਂ ਉਹ ਫਿਲਮ ਵੇਖੋਗੇ। ਇਹ ਤਾਂ ਇਹ ਸਵਾਲ ਸਵਾਦ ਵਾਲਾ ਨਹੀਂ ਭੈਣੇ, ਮਤਲਬ ਗੱਲਾਂ ਕਰੀਏ। ਮੈਂ ਤਾਂ ਮੈਂ ਦੇਖੋ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਕੀ ਹੁੰਦਾ ਨਾ, ਮੈਂ ਅਸੀਂ ਕਿਉਂ ਨਿਕਲੇ। ਵੈਸੇ ਤਾਂ ਜਿਹੜਾ ਕੰਮ ਕੰਪਨੀ ਨੇ ਕਰਨਾ ਸੀ ਮੈਂ ਵਾਰ ਵਾਰ ਹਰ ਜਗ੍ਹਾ ਦੱਸਦਾ, ਉਹ ਫੈਨਾਂ ਨੇ ਬਹੁਤ ਪਹਿਲਾਂ ਕਰਤਾ ਸੀ। ਔਰ ਮੈਂ ਆਮ ਤੌਰ 'ਤੇ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਨਾ, ਉੱਥੇ ਕਈ ਤਰ੍ਹਾਂ ਦੀਆਂ ਚੀਜ਼ਾਂ ਹੱਥਕੰਡੇ ਵਰਤੇ ਜਾਂਦੇ। ਉੱਥੇ ਇੱਕ ਮਾਰਕੀਟਿੰਗ ਟੀਮ ਹੁੰਦੀ ਹੈ, ਫਿਰ ਉਹ ਇੰਟਰਨੈਟ ਤੋਂ ਕੁਝ ਚੀਜ਼ਾਂ ਕੱਢਦੀ ਹੈ ਜਿਹਦੇ 'ਚ ਪੋਡਕਾਸਟ ਹੁੰਦਾ, ਉਹ ਫਿਰ ਦੇਖਦੇ ਆ ਵੀ ਇਹਦੇ ਥੱਲੇ 50,000 ਬੰਦਾ ਦੇਖਦਾ, ਫਿਰ ਜਾ ਵੱਜਦੇ ਉਹਦੇ ਦਰਵਾਜ਼ੇ 'ਤੇ। ਫਿਰ ਮੇਰੀ ਇਹ ਉਹਨਾਂ ਨਾਲ ਗੱਲ ਹੋਈ ਸੀ ਕਿ ਦੇਖੋ ਮੈਂ ਨਾ ਪ੍ਰੋਪਰ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ, ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਦੇ ਫੋਲੋਅਰ ਬਹੁਤ ਹੈ, ਕਈ ਵਾਰੀ ਘੱਟ ਫੋਲੋਅਰ ਜਿਹਦੇ ਹੋਣ ਉਹ ਬਹੁਤ ਅਕਲਮੰਦ ਹੋ ਸਕਦੇ। ਤੋ ਮੇਰਾ ਮੰਤਵ ਕਲੀਅਰ ਹੈ ਕਿ ਅਕਲਮੰਦ ਬੰਦਾ ਚਾਹੀਦਾ, ਉਸ ਤਰ੍ਹਾਂ ਦੇ ਵਿਊ ਦੇ ਚੱਕਰ 'ਚ ਨਹੀਂ ਪੈਣਾ। ਕਿਉਂਕਿ ਜੇ ਚੀਜ਼ ਚੰਗੀ ਹੈ ਨਾ, ਤੁਹਾਨੂੰ ਕੌਨਫੀਡੈਂਸ ਹੈ, ਫਿਰ ਤੁਸੀਂ ਡਾਇਰੈਕਟ ਤੁਹਾਡੇ ਵਿਚਾਲੇ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿ ਇੱਕ ਤੁਸੀਂ ਸਟੂਡੀਓ 'ਚ ਬੈਠੋ, ਫਿਰ ਉੱਥੇ ਇੱਕ ਪੇਪਰ 'ਤੇ ਸਕ੍ਰਿਪਟ ਤਿਆਰ ਕਰੀ ਜਾਵੇ, ਫਿਰ ਉਹ ਸਵਾਲ ਉਹ ਤੁਹਾਨੂੰ ਕਹੇ ਇਹ ਪੁੱਛੋ ਜੀ, ਉੱਥੇ ਜਿਹੜੀ ਸੈਲਫ ਪ੍ਰੇਜ਼ ਹੁੰਦੀ ਹੈ। ਮੈਨੂੰ ਲੱਗਦਾ ਹੁੰਦਾ ਨਹੀਂ,
ਇਹ ਇਹ ਇੱਕ ਮਾਧਿਅਮ ਹੈ ਜਿਹੜਾ ਬੜਾ ਬੜੇ ਅਰਸੇ ਤੋਂ ਚੱਲਿਆ ਆ ਰਿਹਾ ਹੈ ਕਿ ਸਾਰੇ ਸੱਜਣ ਜੁੜੇ ਹੈ ਅਤੇ ਉੱਥੇ ਆਪਾਂ ਗੱਲਾਂ ਕਰੀਏ। ਇੱਥੇ ਇਹ ਨਹੀਂ ਮਾਣੇ ਰੱਖਦਾ ਕਿ ਕਿਹਦੇ ਕਿੰਨੇ ਫੋਲੋਅਰ ਹੈ। ਸੋ ਇਸ ਤਰ੍ਹਾਂ ਦੇ ਸ਼ੋਸ਼ੇ ਤੋਂ ਪਰਹੇਜ਼ ਹੀ ਕਰਿਆ। ਮੈਂ ਚਾਹੁੰਦਾ ਕਿ ਤੁਸੀਂ ਪੜ੍ਹੇ ਲਿਖਿਓ, ਕੀ ਪਤਾ ਮੈਨੂੰ ਕੋਈ ਗਾਣਾ ਮਿਲ ਜਾਵੇ, ਮੈਂ ਤਾਂ ਤੁਹਾਡੇ ਨਾਲ ਗੱਲਾਂ ਕਰਦਾ। ਮੈਂ ਸਭ ਤੋਂ ਪਹਿਲਾਂ ਤਾਂ ਸਾਡੀ ਸਾਰੀ ਟੀਮ ਦਾ ਮੈਂ ਧੰਨਵਾਦ ਵੀ ਕਰਦਾ, ਅਮਦੋਸ ਸਰ ਦਾ, ਸਾਗਾ ਆਪਣਾ ਸਟੂਡੀਓਜ਼ ਦਾ, ਔਰ ਮਾਨ ਸਾਹਿਬ ਨਾਲ ਕੰਮ ਕਰਕੇ ਇੰਨਾ ਕੁ ਜ਼ਿਆਦਾ ਚੰਗਾ ਲੱਗ ਰਿਹਾ। ਅੱਜ ਵੀ ਇਹਨਾਂ ਦੇ ਅਸੀਂ ਸੱਜੇ ਖੱਬੇ ਬੈਠੇ ਹੋਏ ਹਾਂ, ਔਰ ਸੈੱਟ ਦਾ ਜਿਹੜਾ ਮਾਹੌਲ ਸੀਗਾ ਉਹ ਵੀ ਇਸੇ ਤਰ੍ਹਾਂ ਦਾ ਸੀਗਾ ਕਿ ਅਸੀਂ ਵੇਸ਼ਭੂਸ਼ਾ ਉੱਦਾਂ ਦੀ ਪਾ ਕੇ ਅਸੀਂ ਫਿਰਦੇ ਰਹਿਣਾ, ਅਤੇ ਮਾਨ ਸਾਹਿਬ ਦਾ ਵੀ ਬੜਾ ਖੁੱਲ੍ਹਾ ਜਿਹਾ ਸੀਗਾ। ਇਹਨਾਂ ਨੇ ਕੋਈ ਇਹ ਨਹੀਂ ਕੋਈ ਉੱਥੇ ਸਪੈਸ਼ਲ ਕੋਈ ਟ੍ਰੀਟਮੈਂਟ ਹੋਵੇ ਜਾਂ ਕੋਈ ਬੈਠਣ ਦਾ, ਜਾਂ ਬਸ ਜਿੱਥੇ ਬੈਠ ਜਾਂਦੇ ਸੀਗੇ ਅਸੀਂ ਜਾ ਕੇ ਕਸਬੇ ਦੇ ਵਿੱਚ ਅਸੀਂ ਨਾਲ ਜਾ ਕੇ ਬੈਠ ਜਾਂਦੇ ਸੀ। ਸੋਹਣਾ ਮਾਹੌਲ ਸੀਗਾ, ਔਰ ਉਹੀ ਸੋਹਣਾ ਮਾਹੌਲ ਕੱਲ੍ਹ ਨੂੰ ਸਕਰੀਨਾਂ 'ਤੇ ਨਜ਼ਰ ਆਊਗਾ। ਹੱਲ ਵਧੀਆ ਫਾਇਦਾ ਹੋ ਗਿਆ, ਬਹੁਤ ਸੋਹਣੀ ਗੱਲ। ਮੇਰੇ ਸਾਡੇ ਚਾਹੁਣ ਵਾਲਿਆਂ ਨੂੰ ਤਾਂ ਫਾਇਦਾ ਹੋ ਗਿਆ। ਕਈ ਨੌਜਵਾਨ ਜਿਹੜੇ ਮਤਲਬ ਕੋਈ ਛੋਟੀ ਜੋਬ ਕਰਦੇ ਆ ਜਾਂ ਘਰੇਲੂ ਕਿੱਤਾ ਕਰਦੇ ਆ, ਕਈ ਵਾਰੀ ਨਹੀਂ ਅਫੋਰਡ ਕਰਦਾ। ਔਰ ਮੈਂ ਤਾਂ ਨਿੱਜੀ ਤੌਰ 'ਤੇ ਦੇਖੋ ਬੈਠਾ ਤਾਂ ਮੈਂ ਤੁਹਾਡੇ ਇਸ ਕੰਪਲੈਕਸ 'ਚ, ਮਤਲਬ ਮੇਰੀ ਨੇਚਰ ਹੈ, ਮੈਂ ਤੂੰ ਨਹੀਂ ਰਹਿ ਹੁੰਦਾ, ਪਰ ਮੈਂ ਚਾਹੁੰਦਾ ਜਿਹੜੇ ਪੁਰਾਤਨ ਸਿਨੇਮੇ ਹੈ ਨਾ ਉਹ ਵੀ ਜੀਵਿਤ ਰਹਿਣ, ਜਿਹੜੇ ਉਹ ਸਿੰਗਲ ਸਕਰੀਨ ਵਾਲੇ, ਉਹਨਾਂ 'ਚ ਇੱਕ ਅਲੱਗ ਮਾਹੌਲ ਹੁੰਦਾ। ਕਿਉਂਕਿ ਇਹਨਾਂ ਕੰਪਲੈਕਸਿਸ ਦਾ ਖਰਚਾ ਬਹੁਤ ਹੁੰਦਾ, ਉਸ ਹਿਸਾਬ ਨਾਲ ਟਿਕਟਾਂ ਹੁੰਦੀਆਂ, ਵੱਡੀਆਂ ਕੰਪਨੀਆਂ ਇਨਵੋਲਵ ਹੈ। ਮੈਂ ਚਾਹੁੰਦਾ ਉਹ ਮੰਡੀਆਂ ਵੀ ਜਿਉਂਦੀਆਂ ਰਹਿਣ, ਅਤੇ ਜੇ ਸਰਕਾਰ ਕੋਸ਼ਿਸ਼ ਕਰੇ ਕਿ ਆਮ ਛੋਟੇ ਸ਼ਹਿਰਾਂ 'ਚ ਉਸ ਤਰ੍ਹਾਂ ਦੇ ਲਾਇਸੈਂਸ ਦਿੱਤੇ ਜਾਣ ਜਿੱਥੇ 100-200 ਦੀ ਕਪੈਸਿਟੀ ਹੋਵੇ, ਤਾਂ ਕਿ ਉਹ ਕੋਸ਼ਿਸ਼ ਜੇ ਤੁਸੀਂ ਨਾ ਵੱਧਦੇ ਵੱਡੇ ਸ਼ਹਿਰਾਂ ਦੇ ਜਿਹੜਾ ਵੱਡਾ ਰੂਪ ਧਾਰ ਹੈ ਉਹਨੂੰ ਰੋਕਣਾ, ਤਾਂ ਉਹਦੇ ਲਈ ਤੁਹਾਨੂੰ ਨਾ ਪਿੰਡਾਂ 'ਤੇ ਧਿਆਨ ਦੇਣਾ ਪਊਗਾ। ਜਿਹੜੇ ਛੋਟੇ ਕਸਬੇ ਜਾਂ ਪਿੰਡ ਹੈ ਉੱਥੇ ਸਾਰੀਆਂ ਫੈਸਿਲਿਟੀਜ਼ ਹੋਣ, ਨਹੀਂ ਤਾਂ ਫਿਰ 5 ਸਾਲ ਬਾਅਦ ਤੁਸੀਂ ਦੇਖੋ ਜਿੱਦਾਂ ਹੁਣ ਜਾਮ ਲੱਗਣ ਲੱਗ ਗਏ, ਇਹ ਓਵਰ ਕਰਾਊਡਡ ਹੋ ਜਾਣਗੇ ਸਿਟੀਜ਼। ਸਰ ਕੀ ਮੈਸੇਜ ਹੈ ਜੋ ਫਿਲਮ ਦੇ ਰਾਹੀਂ ਤੁਸੀਂ ਸਾਰਿਆਂ ਨੂੰ ਦੇ ਰਹੇ ਹੋ? ਨਹੀਂ ਹੁਣ ਮੇਤੀ ਪੁੱਛੀ ਜਾਊਂਗੀ ਸਾਰੇ ਮੈਸੇਜ, ਕੋਈ ਤੁਸੀਂ ਦੇ ਦਿਓ ਸੁਨੇਹਾ, ਤੁਸੀਂ ਪ੍ਰੋਮੋ ਦੇਖਣ ਤੋਂ ਬਾਅਦ ਕੀ ਮੈਂ ਸੁਨੇਹਾ ਦਊਂਗੇ, ਅਸੀਂ ਤੁਹਾਡੇ ਤੋਂ ਲੈਣਾ ਚਾਹੁੰਦੇ ਹਾਂ। ਮੈਂ ਤੁਹਾਨੂੰ ਸਵਾਲਾਂ ਨੂੰ ਇਹਨਾਂ ਨੇ ਇੱਕ ਮਿੰਟ ਕਰ ਦਿੱਤੇ, ਤੁਸੀਂ ਅਸੀਂ ਚਾਹੁੰਦੇ ਤੁਸੀਂ ਸਰ ਕੋਈ ਸਾਡੇ ਵੱਲੋਂ ਇਹ ਤੁਸੀਂ ਵੀ ਦੇਖੋ, ਫਿਲਮ ਤਾਂ ਅਸੀਂ ਤਾਂ ਬਣਾ ਦਿੱਤੀ, ਇਹ ਤਾਂ ਜਦੋਂ ਫਿਲਮ ਚੱਲ ਜਾਂਦੀ ਹੈ ਨਾ ਇਹ ਤਾਂ ਪ੍ਰਾਊਡਲੀ ਇਹ ਚੀਜ਼ਾਂ ਹੁੰਦੀਆਂ ਵੀ ਇੰਟਰਵਿਊ 'ਚ ਬੈਠ ਕੇ ਵੀ ਮੈਂ 100 ਕਰੋੜ ਹਾਂ, ਮੈਂ 55 ਕਰੋੜ ਹਾਂ, ਇਹ ਤਾਂ ਤੁਹਾਡੀ ਹੈ, ਅਸੀਂ ਤਾਂ ਮਿਹਨਤ ਕਰਕੇ ਬਣਾ ਦਿੱਤੀ ਤੁਹਾਨੂੰ। ਹੁਣ ਤੁਸੀਂ ਪ੍ਰੋਮੋ ਦੇਖਣ ਤੋਂ ਬਾਅਦ ਕੀ ਫੀਲ ਕਰਦੇ ਹੋ, ਯੂ ਫੀਲ ਲਾਈਕ ਕਿ ਤੁਹਾਡੀ ਫਿਲਮ ਹੈ, ਕਿੱਦਾਂ ਲੱਗ ਰਹੀ ਹੈ ਤੁਹਾਨੂੰ, ਤੁਸੀਂ ਆਪਣਾ ਨਜ਼ਰੀਆ ਦੱਸੋ। ਅਗਰ ਮੈਂ ਆਪਣਾ ਨਜ਼ਰੀਆ ਦੱਸੂੰਗੀ ਤੇ ਜਿਹੜੀ ਚੀਜ਼ ਅੱਜ ਤੱਕ ਲੋਕਾਂ ਦੇ ਸਾਹਮਣੇ ਨਹੀਂ ਲਿਆਂਦੀ ਗਈ, ਜੇ ਉਸ ਚੀਜ਼ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੋਗੀ ਨਾ ਤੇ ਫਿਰ ਸਾਡੇ ਵਾਸਤੇ ਬਹੁਤ ਵਧੀਆ। ਕਿਹੜੀ ਚੀਜ਼ ਦੱਸੋ, ਮਤਲਬ ਵਿਰਾਸਤ, ਪੁਰਾਣੀਆਂ ਚੀਜ਼ਾਂ? ਹਾਂ, ਉਹ ਬਹੁਤ ਖੂਬਸੂਰਤੀ ਨਾਲ ਚਿੱਤਰਿਆ, ਔਰ ਤੁਸੀਂ ਦੇਖੋਗੇ ਇਸ ਫਿਲਮ ਨੂੰ ਜਦੋਂ ਤੁਸੀਂ ਦੇਖੋਗੇ ਆਪ ਦੇ ਵੱਡ ਵਡੇਰਿਆਂ ਨੂੰ ਲੈ ਕੇ ਆਉਂਗੇ, ਸ਼ਾਇਦ ਫਿਰ ਤੁਹਾਨੂੰ ਉਹ ਨਾਲ ਦੀ ਨਾਲ ਕੰਨ 'ਚ ਦੱਸਣਗੇ ਕਿ ਆਹ ਐਂ ਹੁੰਦਾ ਸੀ, ਆਹ ਫੁਲਕਾਰੀ ਐਂ ਹੁੰਦੀ ਸੀ, ਔਰ ਬਜ਼ੁਰਗ ਦੱਸਣਗੇ ਚਾਦਰੇ ਦੇ ਆਹ ਵਾਲ ਹੁੰਦੇ ਸੀ, ਔਰ ਉਹਦੇ ਰੰਗਾਂ ਦਾ ਤੁਹਾਨੂੰ ਦੇਖ ਅੰਦਾਜ਼ਾ ਲੱਗੂ ਇੱਕ ਤੁਹਾਨੂੰ ਨਾ, ਕਿਉਂਕਿ ਜਿਹੜੀ ਇਹਦੀ ਡਰੈਸ ਦਾ ਜਿਹੜਾ ਕੋਟ ਸੀ ਉਹ ਸਾਰਾ ਮਿੱਟੀ ਰੰਗ ਦੇ ਨੇੜੇ ਨੇੜੇ ਰੰਗ ਰੱਖੇ ਹੋਏ ਸੀ, ਬੜੇ ਗਾੜੇ ਰੰਗ। ਆਮ ਤੌਰ 'ਤੇ ਜਦੋਂ ਅਸੀਂ ਤਿਆਰ ਹੁੰਦੇ ਹਾਂ ਸਾਡੇ ਪੁਰਾਤਨ ਜ਼ਮਾਨੇ 'ਚ ਬਜ਼ੁਰਗ, ਉਹ ਫਿਰ ਆਮ ਤੌਰ 'ਤੇ ਸਾਦੇ ਕੱਪੜੇ ਪਾਉਂਦੇ ਸੀ, ਪਰ ਜਦੋਂ ਕਿਤੇ ਜਾਂਦੇ ਸੀ ਫਿਰ ਗਾੜੇ ਰੰਗ, ਉਦੋਂ 8ਵੇਂ ਰੰਗਾਂ ਦਾ ਸ਼ੌਕ ਸੀ। ਉਸ ਤਰ੍ਹਾਂ ਦੀ ਇਹ ਪੂਰੀ ਤੁਹਾਨੂੰ ਇੱਕ ਜੇ ਇੱਕ ਮਿੱਕ ਲੱਗੂਗਾ ਸਾਰੇ ਕਿਰਦਾਰ ਅਤੇ ਉਹਨਾਂ ਦੀਆਂ ਵਰਦੀਆਂ, ਅਤੇ ਉਹ ਤੁਹਾਨੂੰ ਉਹ ਜ਼ਮੀਨ ਨਾਲ ਜੁੜੇ ਲੱਗਣਗੇ। ਤੁਸੀਂ ਯਕੀਨ ਮੰਨਿਓ ਮੈਂ ਇਹ ਫਿਲਮ 'ਚ ਕੰਮ ਜ਼ਰੂਰ ਕਰਿਆ, ਮੈਂ ਇਹ ਉਦੋਂ ਦੇਖਣੀ ਹੈ ਜਦੋਂ ਤੁਸੀਂ ਇਹਨੂੰ ਪਾਸ ਕਰ ਦੋਗੇ, ਔਰ ਮੈਂ ਪੂਰੀ ਫਿਲਮ 'ਚ ਕਿਸੇ ਵੀ ਫਿਲਮ 'ਚ ਵੈਸੇ ਤਾਂ, ਪਰ ਇਹ ਕਿਉਂਕਿ ਆਪਾਂ ਇਹਦੇ ਮਤਲਬ ਇਕੱਠੇ ਹੋਏ ਹਾਂ, ਆਮ ਤੌਰ 'ਤੇ ਜਦੋਂ ਡਾਇਰੈਕਟਰ ਸਾਹਿਬ ਲੈਂਦੇ ਹਾਂ ਸ਼ੋਟ, ਉਹ ਤੋਂ ਬਾਅਦ ਕੁਛ ਵਕਤ ਹੁੰਦਾ ਕੈਮਰਾ ਸ਼ਿਫਟਿੰਗ ਦਾ, ਕੋਈ ਸ਼ੋਟ ਬਦਲ ਲਈ,
ਤਾਂ ਮੋਸਟਲੀ ਆਰਟਿਸਟ ਮੋਸਟਲੀ ਜਿਹਦੇ 'ਚ ਗੁਰਪ੍ਰੀਤ ਵੀ ਸ਼ਾਮਿਲ ਹੈ, ਵੀ ਮਾੜਾ ਜਿਹਾ ਪਿੱਛੇ ਕਰਕੇ ਦਿਖਾਇਓ ਵੀ ਮੈਂ ਕੀ ਕੀਤਾ। ਅੱਜ ਤੱਕ ਮੈਂ ਆਪਦਾ ਕਦੇ ਸੀਨ ਨਹੀਂ ਦੇਖਿਆ, ਕਿਉਂਕਿ ਮੈਨੂੰ ਪਤਾ ਜੇ ਡਾਇਰੈਕਟਰ ਨੂੰ ਪਸੰਦ ਆ ਤਾਂ ਗੱਲ ਖਤਮ ਹੈ। ਔਰ ਇਹ ਫਿਲਮ ਵੀ ਮੈਂ ਜੋ ਤੁਸੀਂ ਪਾਸ ਕਰੋਗੇ ਤਾਂ ਦੇਖਣ ਜਾਊਂਗਾ। ਪਾਸ ਤਾਂ ਲੋਕਾਂ ਨੇ 20,000 ਐਡਵਾਂਸ ਬੁਕਿੰਗ ਕਰਕੇ ਕਰਤੀ। ਨਹੀਂ ਉਹ ਜਿਹੜੀ ਆਪਾਂ ਸਾਊਥ ਵਾਲਿਆਂ ਦੀ ਜਿਹੜੀ ਉਹ ਮੜਕ ਭੰਨਣੀ ਹੈ ਨਾ ਆਪਣੀ। ਸਹੀ ਗੱਲ ਹੈ, ਦੇਖੋ ਆਪਾਂ ਗੁੱਲ ਸਿਰੇ ਦਾ ਲਾਉਣਾ ਬਸ, ਆਪਣੀ ਇਹੀ ਜ਼ਿੱਦ ਹੈ। ਜਦ ਤੱਕ ਲੱਗਦਾ ਨਹੀਂ ਅਸੀਂ ਐਂ ਹੀ ਕੰਮ ਕਰਨਾ ਦਿਨ ਰਾਤ, ਨਾ ਮੇਰੇ ਲਈ ਨੀਂਦ ਹੈ ਨਾ ਚੈਨ, ਘੰਟੇ 2 ਮਿਲ ਜਾਣ ਸੌਣ ਨੂੰ ਕੰਮ ਹੀ ਕਰਾਂਗੇ। ਔਰ 4-5 ਸਾਲ ਮੈਂ ਨਹੀਂ ਕਰੀਆਂ ਫਿਲਮਾਂ, ਕਿਉਂਕਿ ਸਾਨੂੰ ਉਹ ਨਿੱਜੀ ਤੌਰ 'ਤੇ ਸਮਝ ਨਹੀਂ ਸੀ ਆਉਂਦੀਆਂ ਮੈਨੂੰ, ਅਤੇ ਮੈਂ ਗੱਲ ਪੂਰੀ ਕਰ ਲਵਾਂ, ਕਾਹਲੀ ਨਾ ਕਰੋ ਕੋਈ। ਫਿਰ ਇਹ ਫਿਲਮ ਨੂੰ 4 ਸਾਲ ਲੱਗ ਗਏ, ਅਤੇ ਉਹ ਕੋਈ ਵਿਚਾਰਕ ਮਤਭੇਦ ਕਈ ਵਾਰੀ ਹੋ ਜਾਂਦੇ ਟੀਮਾਂ 'ਚ, ਕਿਉਂਕਿ ਬਹੁਤ ਬੰਦੇ ਇਨਵੋਲਵ ਹੈ ਇਹਦੇ 'ਚ, 300-400 ਬੰਦਾ ਜੁੜਦਾ। ਅਤੇ ਜਦੋਂ ਇਹ ਸਾਰਾ ਕੰਮ ਕੰਪਲੀਟ ਹੋ ਕੇ ਜਦੋਂ ਫਾਈਨਲ ਮਿਕਸਿੰਗ ਹੋਈ, ਫਿਰ ਮੈਂ ਸਾਗ ਵਾਲਿਆਂ ਨੂੰ, ਇਹਨਾਂ ਦਾ ਫੋਨ ਆਇਆ, ਸ਼ਰਮਾ ਜੀ ਇਹ ਸਾਡੇ ਜਿਗਰੀ ਮਿੱਤਰ ਹੈ, ਇਹ ਫਿਲਮ ਜੇ ਅੱਜ ਰਿਲੀਜ਼ ਹੋਈ ਹੈ ਨਾ, ਇਹਦੇ 'ਚ 3-4 ਬੰਦਿਆਂ ਦਾ ਬੜਾ ਅਹਿਮ ਯੋਗਦਾਨ ਹੈ, ਜਿਹਦੇ 'ਚ ਮਨੀਸ਼ ਸ਼ਰਮਾ ਜੀ, ਗੁਰਪ੍ਰੀਤ, ਇਹ ਗੁਰੂ ਸਾਡਾ ਛੋਟਾ ਭਰਾ ਰੰਧਾਵਾ, ਇਹਨਾਂ ਨੇ ਬਹੁਤ ਐਫਰਟ ਕਰਿਆ, ਮੈਂ ਤਾਂ ਚਲੋ ਹਮੇਸ਼ਾ ਹੀ ਨਾਲ ਸੀ। ਤਾਂ ਮੈਂ ਉਹਨੂੰ ਪੁੱਛਿਆ ਕਿਵੇਂ ਨਜ਼ਾਰਾ ਆ ਰਿਹਾ, ਕਹਿੰਦਾ ਭਾਅ ਜੀ ਬਹੁਤ ਮਜ਼ਾ ਆ ਰਿਹਾ ਹੁਣ ਤਾਂ। ਮੈਂ ਕਿਹਾ ਫਿਰ ਜੇ ਆਪਾਂ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਪਹਿਲਾਂ ਸੋਲਵ ਕਰ ਦਿੰਦੇ ਤਾਂ ਇਹਨਾਂ 4 ਸਾਲਾਂ 'ਚ ਆਪਾਂ ਆਪਣੇ ਚਾਹੁਣ ਵਾਲਿਆਂ ਨੂੰ 3 ਫਿਲਮਾਂ ਹੋਰ ਬਣਾ ਦਿੰਦੇ। ਸੋ ਦਰਅਸਲ ਅਸੀਂ ਕਈ ਵਾਰੀ ਇਹ ਫਿਲਮ ਦਾ ਨਾ ਆਉਣਾ ਮਤਲਬ ਸਾਡਾ ਨੁਕਸਾਨ ਤਾਂ ਬਾਅਦ ਦੀਆਂ ਗੱਲਾਂ, ਪਰ ਚਾਹੁਣ ਵਾਲਿਆਂ ਦਾ ਨੁਕਸਾਨ ਜ਼ਿਆਦਾ। ਔਰ ਅੱਛੀਆਂ ਟੀਮਾਂ ਕਦੇ ਕਦੇ ਬਣਦੀਆਂ, ਇਹ 'ਚ ਕਲੀਅਰ ਨਹੀਂ। ਲੰਮਾ ਸਮਾਂ ਲੱਗਿਆ ਪਰ ਸਬਰ ਦਾ ਫਲ ਬੜਾ ਮਿੱਠਾ। ਮਹਾਰਾਜ ਨੇ ਮਿਹਰ ਕਰਨੀ ਹੈ, ਦੇਖੋ ਕਿਰਤੇ ਕਰੀਏ ਦਿਨ ਰਾਤ, ਗੱਪ ਤਾਂ ਮਾਰੀ ਨਹੀਂ ਕਦੇ, ਨਾ ਸ਼ੋਸ਼ਾ ਛੱਡਿਆ, ਨਾ ਡਰਾਮਾ ਕਰਿਆ, ਨਾ ਸਿੰਪਥੀ ਸੀਕ ਵਾਲਾ ਸਿਸਟਮ ਆਪਣਾ, ਕੰਮ ਬਹੁਤ ਵਧੀਆ ਕਰਦੇ, ਮਿਹਨਤ ਨਾਲ ਕਰਦੇ। ਔਰ ਮੈਨੂੰ ਲੱਗਦਾ ਤੁਸੀਂ ਪ੍ਰਵਾਨ ਕਰੋਗੇ 100%। ਆਓ ਜੀ ਸਰ, ਬੇਨਤੀ ਕਰਨੀ ਸਰ, ਜਿਹੜੀ ਆਪਣੀ ਮੂਵੀ ਆ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪਾਸ ਹੋ ਗਈ ਆ, ਅਸੀਂ ਸਭ ਦੁਆ ਕਰਦੇ ਹਾਂ ਰਿਲੀਜ਼ ਹੋਣ ਤੋਂ ਬਾਅਦ ਫਸਟ ਆਵੇ ਜੀ। ਦੇਖੋ ਅਸੀਂ ਇਹੀ ਕੰਮ ਕਰੀ ਜਾਣਾ, ਆਪਾਂ ਨੇ ਇਹੀ ਕੰਮ ਕਰਨਾ, ਤੁਸੀਂ ਇਹਨੂੰ ਹਿੱਟ ਕਰੋਗੇ ਅਸੀਂ ਫਿਰ 2 ਸ਼ੁਰੂ ਕਰ ਦਾਂਗੇ, ਕਰਾਂਗੇ ਇੱਦਾਂ ਦੀਆਂ ਜਿਹੜੀਆਂ ਪੰਜਾਬ ਅਤੇ ਪੰਜਾਬੀ ਦੀ ਗੱਲ ਕਰਨ। ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਜ਼ਿੰਦਗੀ 'ਚ ਬਹੁਤ ਅੱਛੀਆਂ ਫਿਲਮਾਂ ਬਣਾਈਆਂ, ਕੁਛ ਮਤਲਬ ਮਿੱਤਰਤਾ 'ਚ ਜਾਂ ਸਾਂਝ 'ਚ ਜਾਂ ਸਿਫਾਰਿਸ਼ਾਂ ਦੇ ਤੌਰ 'ਤੇ 2 ਪ੍ਰੋਜੈਕਟ ਅਸੀਂ ਫਲੋਪ ਵੀ ਕਰੇ ਹਾਂ। ਆ ਇੱਕ 2 ਪੱਤਰਕਾਰ ਸੱਜਣ ਕੱਲ੍ਹ ਮੈਨੂੰ ਕਿਸੇ ਨੇ ਕਲਿੱਪ ਭੇਜਿਆ ਸੀ, ਮੈਂ ਵੈਸੇ ਤਾਂ ਦੂਰ ਹੈ ਤੋਂ, ਉਹ ਮੈਂ ਕਿਹਾ ਉਹ ਕਮਲਿਆ ਮੈਂ ਤਾਂ ਆਪ ਹੀ ਦੱਸਦਾ, ਤੁਸੀਂ ਕਿਸੇ ਆਰਟਿਸਟ ਨੂੰ ਪੁੱਛੋ ਵੀ ਤੇਰੀਆਂ ਫੇਲ ਕਿੰਨੀਆਂ ਫਿਲਮਾਂ, ਕਦੇ ਮੰਨੂਗਾ ਨਹੀਂ ਉਹ। ਜੇ ਤੁਸੀਂ ਕਹੋਗੇ ਵੀ ਪੰਜਾਬ 'ਚ ਤਾਂ ਇੰਨਾ ਕੁ ਵਜ ਨੇ, ਉਹ ਕਹਿੰਦੇ ਨੇ ਅਮਰੀਕਾ ਬਹੁਤ ਚੱਲੀ ਸੀ, ਕਦੇ ਨਹੀਂ ਕਹੂੰਗਾ। 2 ਸੁਪਰ ਫਲੋਪ ਸੀ, ਇੱਕ ਦੀ ਵਜ੍ਹਾ ਸੀ ਕਿ ਉਹਦਾ ਨਾਂ ਹੀ ਹਿਟਲਰ ਸੀ, ਉਹਨੇ ਫੇਲ ਹੋਣਾ ਸੀ, ਕਿਉਂਕਿ ਇਹ ਜਿਹੜੇ ਬਹੁਤੇ ਕਾਰਪੋਰੇਟ ਸੈਕਟਰ ਹੈ ਨਾ, ਇਹ ਯੂਜ਼ਦਾ ਹੈ ਉਹਨਾਂ ਨੂੰ। ਮੈਨੂੰ ਤਾਂ ਪਤਾ ਨਹੀਂ ਸੀ ਵੀ ਐਡਾ ਬੜਾ ਇਸ ਨਾਂ ਤੋਂ ਪ੍ਰੋਬਲਮ, ਸਾਨੂੰ ਸਿਨੇਮੇ ਨਹੀਂ ਮਿਲੇ, ਬਿਜ਼ਨਸ ਨਹੀਂ ਕਰ ਪਾਈ। ਸੋ ਇਸ ਕਰਕੇ ਜਿਹੜੀ ਚੀਜ਼ ਬਣ ਜਾ ਰਹਾ, ਮੈਂ ਆਪ ਹੀ ਕ੍ਰਿਟੀਕਲ ਅਕਲੇਮਡ ਮੂਵੀ ਹੋ ਸਕਦੀ ਹੈ, ਪੈਸੇ ਵੀ ਪੂਰੇ ਕਰਕੇ ਹੋਣੀ ਹੈ, ਬਟ ਮੈਂ ਨਹੀਂ ਉਹਨੂੰ ਮੰਨਦਾ ਸਫਲ ਫਿਲਮ, ਕਿਉਂਕਿ ਡਾਇਰੈਕਸ਼ਨ ਡਿਪਾਰਟਮੈਂਟ ਪੱਖੋਂ ਉਹ ਨਲਾਇਕ ਸੀ ਸਾਡੀ ਫਿਲਮ। ਸੋ ਇਸ ਕਰਕੇ ਮੈਂ ਤਾਂ ਆਪ ਹੀ ਐਡਮਿਟ ਕਰਦਾ ਕਿ ਜਿਹੜੀ ਚੀਜ਼ ਫੇਲ ਆ ਫੇਲ ਹੀ ਮੰਨਦਾ। ਔਰ ਭਵਿੱਖ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਂ ਨਿੱਜੀ ਤੌਰ 'ਤੇ ਕੋਈ ਇਸ ਤਰ੍ਹਾਂ ਦੀ ਫਿਲਮ ਬਣਾਊਂਗਾ ਜਿਹਦੇ 'ਚ ਸਾਰੀ ਫਿਲਮ 'ਚ ਹਾਈ ਹੀ ਚੱਲੀ ਜਾਵੇ। ਫਿਲਮ ਦਾ ਮਤਲਬ ਫਿਲਮ ਹੋਵੇ, ਬੰਦਿਆਂ ਦੀ ਫਿਲਮ ਹੋਵੇ, ਜਿਹਦੇ 'ਚ ਕੋਈ ਸਾਡੇ ਪੰਜਾਬ ਅਤੇ ਪੰਜਾਬੀ ਦੀ ਕੋਈ ਜ਼ਰੂਰਤ ਦੀ ਗੱਲ ਹੋਵੇ। ਜੀ
ਇਹ ਨਾ ਡਿਪੈਂਡ ਕਰਦਾ ਜੀ, ਜਦੋਂ ਆਪਾਂ ਮਿਲ ਬੈਠ ਕੇ ਸਬਜੈਕਟ ਫਾਈਨਲ ਕਰਦੇ ਹਾਂ, ਸਬਜੈਕਟ ਕਿਸ ਤਰ੍ਹਾਂ ਦਾ, ਫਿਲਮ ਇੱਕ ਕਲਪਨਾ ਹੈ ਜਾਂ ਇੱਕ ਰੀਅਲ ਸਟੋਰੀ ਹੈ, ਬਟ 2 ਘੰਟੇ ਲਈ ਉਸ ਕਲਪਨਾ ਦੀ ਜਿਹੜੀ ਉਡਾਨ ਹੈ ਉਹ ਤੁਹਾਡੇ ਤੱਕ ਲੈ ਕੇ ਆਉਣੀ, ਔਰ ਤੁਹਾਨੂੰ ਬਿਠਾ ਕੇ ਮਨੋਰੰਜਨ ਕਰਨਾ। ਇਹ ਡਿਪੈਂਡ ਕਰਦਾ ਕਿ ਪੂਰੀ ਟੀਮ ਕਿਸ ਤਰ੍ਹਾਂ ਦਾ ਡਿਸੀਜਨ ਲੈਂਦੀ ਹੈ। ਸੁੱਚਾ ਸੂਰਮਾ ਸਾਹਿਬ ਦੀ ਜਿਹੜੀ ਗਾਥਾ ਇਹਦੀ ਰਿਸਰਚ ਬਹੁਤ ਲੰਬੀ ਚੌੜੀ ਕਰਕੇ ਤਾਂ ਕਿ ਬਰੀਕੀ ਨਾਲ ਹਰ ਚੀਜ਼ ਤੁਹਾਨੂੰ ਦਿਖਾ ਸਕੀਏ, ਬਟ ਕਈ ਚੀਜ਼ਾਂ ਵਰਬਲੀ ਮਿਲ ਤਾਂ ਜਾਂਦੀਆਂ, ਉਹਨਾਂ ਦਾ ਕੋਈ ਸੰਕੇਤਕ ਵੀ ਨਹੀਂ ਮਿਲਦਾ, ਕੁਛ ਵੀ ਨਹੀਂ ਮਿਲਦਾ, ਉਹ ਫਿਰ ਬਹੁਤ ਛੋਟੀ ਹੋ ਜਾਂਦੀ ਹੈ, ਉਹਦੇ 'ਚ ਫਿਰ ਕਲਪਨਾ ਕਰਨੀ ਫਿਰ ਔਖਾ, ਕਲੀਸ਼ਾ ਔਖਾ ਹੋ ਜਾਂਦਾ। ਜਿਸ ਤਰ੍ਹਾਂ ਕਿ ਅੱਜ ਕੱਲ੍ਹ ਦਾ ਯੂਥ ਜਿਹੜਾ ਹੈ ਉਹ ਫਿਲਮਾਂ ਤੋਂ ਸੇਧ ਲੈਂਦਾ, ਅਤੇ ਯਾਨੀ ਕਿ ਅਸੀਂ ਫਿਲਮਾਂ ਦੇ ਰਾਹੀਂ ਯੂਥ ਨੂੰ ਕੋਈ ਐਸਾ ਸੰਦੇਸ਼ ਦੇਈਏ ਜਿਹੜਾ ਅਸੀਂ ਆਪਣਾ ਪੁਰਾਤਨ ਜਿਹੜੀ ਵਿਰਾਸਤ ਹੈ ਉਸਨੂੰ ਕਾਇਮ ਰੱਖੀਏ। ਦੇਖੋ ਹਰ ਫਿਲਮ ਦਾ ਸਬਜੈਕਟ ਦੇ ਹਿਸਾਬ ਨਾਲ ਹੀ ਹੈ। ਦੇਖੋ ਇੱਕ ਚੀਜ਼ ਤਾਂ ਦਿਮਾਗ 'ਚ ਪਾ ਲਓ, ਹਰ ਗੀਤ ਜਾਂ ਹਰ ਫਿਲਮ ਮੈਸੇਜ ਨਹੀਂ ਦਿਆ ਕਰਦੀ। ਜਿੱਦਾਂ ਹੁਣ ਤੁਸੀਂ ਪ੍ਰੈਸ ਵਾਲੇ ਹੋ, ਖਬਰਾਂ ਲਾਉਂਦੇ, ਤੁਹਾਡੀ ਹਰ ਖਬਰ ਕੋਈ ਮਤਲਬ ਮੈਸੇਜ ਥੋੜ੍ਹੀ ਦਿੰਦੀ ਹੈ, ਕਈ ਵਾਰੀ ਤੁਸੀਂ ਦੂਜੀ ਵੀ ਲਾ ਦਿੰਦੇ, ਚੱਕ ਲਓ ਧਰ ਲਓ, ਕਈ ਵਾਰੀ ਹੈਡਿੰਗ ਕੋਈ ਹੋਰ ਹੁੰਦਾ ਥੱਲੇ ਕੁਛ ਹੋਰ ਹੁੰਦਾ, ਇੱਦਾਂ ਵਾਲ ਪਟਾਈ ਤੁਹਾਡੇ ਚੱਕਰ 'ਚ ਵੀ ਕਈ ਹੋ ਜਾਂਦੇ, ਫੋਨ ਇੱਕ ਦੂਜੇ ਨੂੰ ਲਾ ਲੈਂਦੇ, ਹੈ ਨਾ। ਇਹਦਾ ਮਤਲਬ ਡਿਪੈਂਡ ਕਰਦਾ, ਜਿੱਦਾਂ ਹੁਣ ਇਹ ਕਹਾਣੀ ਹੈ, ਇਹਦਾ ਵਿਸ਼ਾ ਯਾਰੀ ਦੋਸਤੀ ਹੈ ਔਰ ਇਨਸਾਨੀ ਰਿਸ਼ਤੇ ਹੈ। ਹੁਣ ਇਹਦਾ ਬੇਸਿਕਲੀ ਦੇਖੋ, ਤੁਹਾਨੂੰ ਤੁਸੀਂ ਇੱਕ ਪੂਰੀ ਕਿਤਾਬ ਪੜ੍ਹਦੇ ਹੋ ਕਿ ਉਹ ਜਿਹੜੀ ਕਿਤਾਬ ਸਾਰੇ ਉਹ ਬੰਦੇ ਪੜ੍ਹਦੇ ਆ, ਹਰ ਬੰਦੇ ਨੂੰ ਤਾਂ ਸੇਧ ਨਹੀਂ ਮਿਲਦੀ, ਔਰ ਗੁਰਗਿਆਨੀ ਤਾਂ ਸਾਰੇ ਤਾਂ ਨਹੀਂ ਹੋ ਜਾਂਦੇ। ਕਿਸੇ ਨੇ ਪੜ੍ਹ ਕੇ ਉਸ ਕਿਤਾਬ ਦੀਆਂ ਚੀਜ਼ਾਂ, ਜਿੱਦਾਂ ਹੁਣ ਗੁਰੂ ਘਰ ਹੈ, 2 ਤਰ੍ਹਾਂ ਨਾਲ ਤੁਸੀਂ ਸ਼ਰਧਾ ਪ੍ਰਗਟ ਕਰਦੇ ਹੋ, ਗੁਰੂ ਘਰ ਆ, ਹਿੰਦੂ ਹੋ ਜਾਂ ਕਿਸੇ ਵੀ ਧਰਮ ਨਾਲ ਰਿਲੇਟਡ ਹੋ, ਜਾਂ ਤਾਂ ਤੁਸੀਂ ਸਰੈਂਡਰ ਕਰ ਦਿੰਦੇ ਹੋ ਵੀ ਆਪਣਾ ਮੱਥਾ ਟੇਕ ਕੇ ਸਰੈਂਡਰ ਕਰਤਾ, ਕੋਈ ਸਵਾਲ ਜਵਾਬ ਹੈ ਹੀ ਨਹੀਂ। ਇੱਕ ਦੂਜੀ ਸ਼ਰਧਾ ਇਹ ਹੈ ਕਿ ਉਹ ਫਿਲੋਸਫੀ ਨੂੰ ਪੜ੍ਹ ਕੇ ਉਹਦੇ 'ਤੇ ਵਰਕ ਕਰਨਾ, 2 ਤਰ੍ਹਾਂ ਨਾਲ ਹੁੰਦਾ। ਹੁਣ ਦੁਨੀਆਂ ਦੇ ਸਿਮਿਲਰ ਬ੍ਰੇਨਸ ਨਹੀਂ ਹੁੰਦੇ, ਅਲੱਗ ਅਲੱਗ ਤਰ੍ਹਾਂ ਦੇ ਬ੍ਰੇਨ ਹੈ। ਮੰਨ ਲਓ ਤੁਸੀਂ ਇੱਕ ਕੰਮ 'ਚ ਲੱਗੇ ਹੋ ਔਰ ਤੁਹਾਡੇ ਕੋਲ ਕਿੱਤਾ ਅਤੇ ਰੁਜ਼ਗਾਰ ਹੈ, ਤੁਹਾਡੇ ਲਈ ਬਹੁਤ ਸੌਖਾ ਕਿਉਂਕਿ ਤੁਸੀਂ ਆਪਣੇ ਰੁਜ਼ਗਾਰ 'ਤੇ ਜਾਣਾ, ਤੁਹਾਡੇ ਕੋਲ ਕੰਮ ਹੈ, ਤੁਸੀਂ ਸਵੇਰੇ ਆਪਦਾ ਜਿਹੜਾ ਵੀ ਤੁਹਾਡਾ ਸਪਿਰਚੁਅਲ ਗੁਰੂ ਆ ਉਹਨਾਂ ਨੂੰ ਤੁਸੀਂ ਮੱਥਾ ਟੇਕਦੇ ਹੋ ਅਤੇ ਆਪਦੇ ਕੰਮ 'ਤੇ ਆਪਦਾ ਲੰਘ ਜਾਂਦੇ ਬੈਲ ਖੜਕਾ ਕੇ। ਬਟ ਇੱਕ ਬੰਦਾ ਜਿਹੜਾ ਜੱਦੋ ਜਹਿਦ ਕਰਦਾ, ਉਹਦੇ ਪੱਲੇ ਕੁਛ ਨਹੀਂ ਪੈਂਦਾ, ਫਿਰ ਉਹ ਉਹਨਾਂ ਵਿਚਾਰਾਂ ਨੂੰ ਪੜ੍ਹ ਕੇ ਤਰਕ ਕਰਦਾ ਆਪਦੇ ਆਪ ਨਾਲ ਅਤੇ ਨੇਚਰ ਮਦਰ ਨਾਲ, ਇਹ ਇੱਕ ਦੂਜਾ ਰੂਟ ਹੈ। ਸੋ ਸਾਰੀਆਂ ਫਿਲਮਾਂ 'ਚੋਂ ਨਹੀਂ ਹੋ ਸਕਦਾ, ਹਾਂ ਇਸ ਫਿਲਮ ਦਾ ਜਿਹੜਾ ਮੰਤਵ ਉਹਦੇ 'ਚ ਹੈ ਇਨਸਾਨੀ ਰਿਸ਼ਤੇ ਕਿੰਨੇ ਜ਼ਰੂਰੀ ਹੈ, ਇੱਕ ਛੋਟੀ ਜਿਹੀ ਭੁੱਲ ਤੁਹਾਨੂੰ ਕਿੱਥੇ ਲੈ ਜਾਂਦੀ ਹੈ, ਇੱਕ ਜਿਹੜੀ ਸਾਰੀ ਉਮਰ ਦੀ ਸਾਂਝ ਅਤੇ ਯਾਰੀ ਹੁੰਦੀ ਹੈ ਉਹ ਕਿਰਦਾਰ 'ਤੇ ਆ ਕੇ ਕਿਵੇਂ ਖਤਮ ਹੋ ਜਾਂਦੀ ਹੈ।